Bye.
ਜਾਂ ਰੂਹਾਨੀਅਤ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਮਨੁੱਖ ਜਾਂ ਰੱਬ ਵਿੱਚ ਵਿਸ਼ਵਾਸ ਰੱਖਣ ਵਾਲੇ ਵੱਖਰੇ ਵੱਖਰੇ ਰੰਗ ਨੇ, ਪਰ ਕਰੰਟ ਸਾਰਿਆਂ ਪਿੱਛੇ ਇੱਕੋ ਹੀ ਹੈ। ਇੱਕੋ ਹੀ ਜਗ੍ਹਾ ਤੋਂ ਕਰੰਟ ਆਉਂਦਾ ਹੈ ਔਰ ਵੱਖਰੇ ਵੱਖਰੇ ਰੂਪਾਂ ਵਿੱਚੋਂ ਮੂਹਰੇ ਕੰਮ ਕਰ ਰਹੇ ਨੇ। ਕਿਸੇ ਦਾ ਬਾਣਾ ਦੇਖ ਕੇ ਜਾਂ ਰੰਗ ਦੇਖ ਕੇ ਉਹਦੇ 'ਤੇ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ। ਬਾਣਾ ਤਾਂ ਉਸ ਸਕੂਲ ਦੀ ਇੱਕ ਵਰਦੀ ਹੈ ਸ਼ਰ੍ਹਾਂ ਦੇ ਲੋਕਾਂ ਵਿੱਚ। ਜਿਤਨਾ ਚਿਰ ਸਕੂਲ ਵਿੱਚ ਵਿਦਿਆਰਥੀ ਪੜ੍ਹਦਾ ਉਤਨਾ ਚਿਰ ਵਰਦੀ ਉਹਦੇ 'ਤੇ ਲਾਗੂ ਹੁੰਦੀ ਆ। ਜਦ ਉਹ ਸਕੂਲ ਵਿੱਚੋਂ ਵਿਦਿਆਰਥੀ ਕਲਾਸਾਂ ਪਾਸ ਕਰਕੇ ਚਲਿਆ ਜਾਂਦਾ ਉਹਦੇ 'ਤੇ ਵਰਦੀ ਕੋਈ ਲਾਗੂ ਨਹੀਂ ਹੁੰਦੀ। ਉਹ ਜਿਹੜਾ ਮਰਜ਼ੀ ਰੰਗ ਪਾ ਲਵੇ, ਜਿਹੜੀ ਮਰਜ਼ੀ ਵਰਦੀ, ਜਿਹੜਾ ਮਰਜ਼ੀ ਭੇਖ ਬਣਾ ਲਵੇ, ਉਹਦੇ 'ਤੇ ਇਹ ਕਾਨੂੰਨ ਸ਼ਰ੍ਹਾਂ ਵਾਲਿਆਂ ਦਾ ਲਾਗੂ ਨਹੀਂ ਹੁੰਦਾ। ਉਹ ਸ਼ਰ੍ਹਾਂ ਤੋਂ ਉੱਤੇ ਉੱਠ ਜਾਂਦੀ ਹੈ। ਇਸ ਕਰਕੇ ਉਹਨਾਂ ਨੂੰ ਸ਼ਰ੍ਹਾਂ ਵਾਲੇ ਲੋਕਾਂ ਨੇ ਸਜ਼ਾ ਦੇਣਾ ਜਾਂ ਬਹੁਤ ਸਾਰਿਆਂ ਨੂੰ ਫਾਂਸੀ ਸੂਲੀ ਚਾੜਿਆ, ਬਹੁਤ ਸਾਰਿਆਂ ਨੂੰ ਕਿਸੇ ਤਰ੍ਹਾਂ ਦੀ ਸਜ਼ਾ ਦਿੱਤੀ। ਉਹਦਾ ਕਾਰਨ ਇਹ ਸੀ ਕਿ ਜਿਹੜੇ ਥੱਲੇ ਵਾਲੇ ਲੋਕ, ਥੋੜ੍ਹੀ ਸਮਝ ਵਾਲੇ ਲੋਕ ਸਨ, ਉਹਨਾਂ ਨੂੰ ਇਹਨਾਂ ਗੱਲਾਂ ਬਾਰੇ ਕੋਈ ਗਿਆਨ ਨਹੀਂ। ਇਸ ਕਰਕੇ ਮਹਾਂਪੁਰਸ਼ਾਂ ਦਾ ਵਚਨ ਹੈ ਅਤੇ ਮਹਾਂਪੁਰਸ਼ ਦੱਸਦੇ ਸੀ ਭਾਈ ਤਿੰਨ ਪ੍ਰਕਾਰ ਦੇ ਜੀਵ ਹੁੰਦੇ ਆ। ਇੱਕ ਤਾਂ ਉਹ ਜੀਵ ਨੇ, ਉਹ ਆਤਮਾਵਾਂ ਨੇ ਜਿਹੜੀਆਂ ਧਰਤੀ ਵਿੱਚ ਰਹਿੰਦੀਆਂ ਨੇ, ਉਹ ਆਮ ਮਨੁੱਖਾਂ ਦੇ ਦੇਖਣ ਤੋਂ ਦੂਰ ਹੁੰਦੀਆਂ ਨੇ। ਜਿਸ ਤਰ੍ਹਾਂ ਮਹਾਂਪੁਰਸ਼ਾਂ ਦੀਆਂ ਜਗ੍ਹਾ ਬਣ ਜਾਂਦੀਆਂ, ਕਿਸੇ ਦੀ ਕਬਰ ਬਣੀ ਹੈ, ਕਿਸੇ ਨੇ ਆਪਣੇ ਬਜ਼ੁਰਗ ਦੀ ਸਮਾਧ ਬਣਾਈ ਹੈ, ਇਹ ਹਰ ਇੱਕ ਬੰਦੇ ਦੀ ਨਹੀਂ ਬਣਦੀ। ਕੁਛ ਵਿਰਲੇ ਵਿਰਲੇ ਪੁਰਖ ਹੁੰਦੇ ਆ ਜਿਨ੍ਹਾਂ ਦੀਆਂ ਜਗ੍ਹਾ ਬਣਦੀਆਂ ਨੇ, ਔਰ ਉਹਨਾਂ ਦੇ ਵਿੱਚ ਰਹਿਣ ਵਾਲੀਆਂ ਰੂਹਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਸਾਰੇ ਮਨੁੱਖ ਨਹੀਂ ਦੇਖ ਸਕਦੇ। ਇਹ ਬ੍ਰਹਮ ਗਿਆਨੀਆਂ ਦਾ ਕਥਨ ਹੈ ਭਾਈ। ਇੱਕ ਜਿਹੜੇ ਰੂਹਾਂ ਨੇ ਧਰਤੀ ਵਿੱਚ ਰਹਿੰਦੀਆਂ ਨੇ, ਇੱਕ ਰੂਹਾਂ ਜਿਹੜੀਆਂ ਧਰਤੀ ਦੇ ਉੱਤੇ ਫਿਰਦੀਆਂ ਨੇ। ਜਿਸ ਤਰ੍ਹਾਂ ਆਪਾਂ ਸਾਰੇ ਮਨੁੱਖ ਇੱਕ ਦੂਜੇ ਨੂੰ ਦੇਖਦੇ ਹਾਂ, ਇਸ ਤਰ੍ਹਾਂ ਸਾਰੇ ਇੱਕ ਦੂਜੇ ਨੂੰ ਦੇਖਦੇ ਨੇ। ਇੱਕ ਹਵਾ ਵਿੱਚ ਰਹਿਣ ਵਾਲੀਆਂ ਰੂਹਾਂ ਨੇ, ਉਹ ਜਿਸ ਤਰ੍ਹਾਂ ਦੇਵੀ ਦੇਵਤੇ ਨੇ, ਭੂਤ ਪ੍ਰੇਤ ਨੇ, ਉਹ ਹਵਾ ਵਿੱਚ ਰਹਿਣ ਵਾਲੇ ਨੇ, ਮਨੁੱਖਾਂ ਦੇ ਦੇਖਣ ਤੋਂ ਦੂਰ ਦੀ ਗੱਲ ਹੈ। ਇਹ ਨਹੀਂ ਵੀ ਹਵਾ ਵਿੱਚ ਕੋਈ ਆਤਮਾਵਾਂ ਫਿਰਦੀਆਂ ਨਹੀਂ, ਹਵਾ ਵਿੱਚ ਵੀ ਫਿਰਦੀਆਂ ਨੇ। ਗੁਰਬਾਣੀ ਦਾ ਕਥਨ ਹੈ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ ਜਾਂ ਦੇਵੀ ਦੇਵਤਿਆਂ ਦੇ ਜਿਹੜੇ ਸਰੂਪ ਨੇ ਉਹ ਵੀ ਹਵਾ ਵਿੱਚ ਘੁੰਮਦੇ ਨੇ। ਇਸ ਤਰ੍ਹਾਂ ਭਾਈ ਕਿੰਤੂ ਪ੍ਰੰਤੂ ਨਹੀਂ, ਕਿਸੇ ਜਗ੍ਹਾ 'ਤੇ ਨਹੀਂ ਕੀਤਾ ਜਾ ਸਕਦਾ। ਜਾਂ ਜਠੇਰਿਆਂ 'ਤੇ ਬਹੁਤ ਸਾਰੇ ਲੋਕ ਕਿੰਤੂ ਪ੍ਰੰਤੂ ਕਰਦੇ ਆ, ਇਹ ਵੀ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ। ਹਰ ਇੱਕ ਮਨੁੱਖ ਦੀ ਜਗ੍ਹਾ ਨਹੀਂ ਬਣਦੀ। ਪਿੰਡਾਂ ਵਿੱਚ ਕਿੰਨੀ ਦੁਨੀਆ ਹੋ ਕੇ ਚਲੀ ਗਈ, ਹੈ ਕਿਸੇ ਦੀ ਜਗ੍ਹਾ ਬਣੀ ਹੋਈ? ਨਾਮੋ ਨਿਸ਼ਾਨ ਖਤਮ ਹੋ ਗਏ, ਸੰਸਾਰ ਵਿੱਚੋਂ ਚਲੇ ਗਏ, ਵੱਡੇ ਵੱਡੇ ਅਮੀਰ ਲੋਕ ਚਲੇ ਗਏ, ਕਿਸੇ ਦਾ ਕੋਈ ਨਾਮ ਨਿਸ਼ਾਨ ਧਰਤੀ 'ਤੇ ਨਹੀਂ ਰਿਹਾ। ਕੁਛ ਖਾਸ ਖਾਸ ਹਸਤੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਧਰਤੀ ਦੇ ਉੱਤੇ ਨਾਮ ਰਹਿ ਜਾਂਦੇ ਆ। ਸੋ ਇੱਕ